ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਆਏ ਹਾਂ ਸਤਵੰਤ ਮੈਡਮ ਆਪਣੇ ਜਿਹੜੇ ਸੀਨੀਅਰ ਰੇਡੀਓਗ੍ਰਾਫਰ ਹੈ ਉਹਨਾਂ ਦੇ ਘਰੇ। ਪਾਠ ਹੈਗਾ ਸੀ ਸੁਖਮਨੀ ਸਾਹਿਬ ਜੀ ਦਾ ਅਤੇ ਆਪਣਾ ਰਾਹੁਲ ਵੀਰ ਆਪਣੇ ਨਾਲ ਹੈ। ਰਾਹੁਲ ਵੀਰ ਜੀ ਕੀ ਹਾਲ ਜੀ? ਵਧੀਆ ਸਰ ਜੀ, ਤੁਸੀਂ ਸੁਣਾਓ? ਅਤੇ ਆਪਾਂ ਪਾਠ 'ਤੇ ਆਏ ਹਾਂ ਅਤੇ ਤੁਹਾਡਾ ਕੀ ਵਧੀਆ ਚੱਲਣ ਡਿਆ ਪਾਠ? ਜੀ ਵਧੀਆ ਚੱਲਣ ਡਿਆ। ਅਤੇ ਆਪਣਾ ਮਨਪ੍ਰੀਤ ਵੀਰ ਵੀ ਆਪਣੇ ਨਾਲ ਜੀ ਅਤੇ ਆਪਣਾ ਹੈਪੀ ਬਰਥਡੇ ਦੀ ਤਿਆਰੀ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੱਸੋ ਵੀ ਕਿਵੇਂ ਆ ਸਾਰੇ? ਅੱਜ ਕੀ ਆ ਅਤੇ ਅੱਜ ਆਪਣਾ ਮੈਮ ਨੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਵਾ ਅਤੇ 12:00 ਤੱਕ ਉਹਦਾ ਭੋਗ ਪੈ ਸਕਦਾ। ਉਹਦੇ ਬਾਅਦ ਆਪਾਂ ਕੜੀ ਚੌਲ ਆਪਣਾ ਪ੍ਰੀਤ ਵੀਰ ਆਪਣੇ ਨਾਲ ਆ। ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਆਏ ਹਾਂ ਮੈਡਮ ਦੇ ਘਰੇ, ਤੁਹਾਨੂੰ ਮੈਡਮ ਦਾ ਘਰ ਵਿਖਾ ਦਈਏ। ਅਤੇ ਅੱਜ ਹੋ ਰਿਹਾ ਜੀ ਇੱਥੇ ਪਾਠ ਅਤੇ ਪੂਰੇ ਤਿਆਰੀ ਜਿਹਾ ਕਿ ਮੈਂ ਲੱਤ ਫੜਾਂਗੇ ਇਹਦੀ। ਅਤੇ ਆਪਾਂ ਹੁਣ ਚੱਲੇ ਹਾਂ ਇੱਕ ਬਾਲਟੀ ਕੜੀ ਦੀ ਅਤੇ ਇੱਕ ਬਾਲਟੀ ਚੌਲਾਂ ਦੀ ਲੈਣ। ਅਤੇ ਰਾਹੁਲ ਵੀਰ ਚੱਲੀਏ ਫਿਰ? ਚਲੋ ਫਿਰ ਗੱਡੀ ਉਹਨਾਂ ਦੀ ਆ, ਉਹ ਗੱਡੀ ਉਹਨਾਂ ਦੀ ਹੈ, ਪਿੱਛੇ ਫੋਰਚੂਨਰ ਖੜੀ ਆ ਅਤੇ ਫੋਰਚੂਨਰ ਆਪਾਂ ਕਿਆ ਰਹਿਣ ਦਿੰਦੇ ਹਾਂ, ਕੱਲ ਹੀ ਲੈ ਕੇ ਜਾਣੀ ਆ। ਕਵਿੰਟ ਸਹੀ ਆ, ਨਾਲੇ ਛੋਟੀ ਗੱਡੀ ਆ ਅਤੇ ਨਾਲੇ ਵਧੀਆ ਆ। ਤੁਹਾਨੂੰ ਇੰਟੀਰੀਅਰ ਵਿਖਾ ਦਈਏ ਮਾੜਾ ਜਿਹਾ, ਬੜਾ ਘੈਂਟ ਹੈ ਇੰਟੀਰੀਅਰ। ਵਧੀਆ ਚੀਜ਼ ਲਵਾਈ ਆ ਜਾਣ ਉਹਨਾਂ ਨੇ, ਘੈਂਟ ਆ ਚੀਜ਼। ਚਲੋ ਚਲੋ ਮਿਲਦੇ ਆ ਬਾਕੀ ਅਗਲੇ ਵਲੋਗ 'ਚ। ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ। ਹਾਂ ਬਈ ਮਿੱਤਰੋ, ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ 'ਤੇ ਅਤੇ ਆਪਣਾ ਪ੍ਰੀਤ ਵੀਰ ਅਤੇ ਰਾਹੁਲ ਵੀਰ ਵੀ ਨਾਲ ਆ। ਅਤੇ ਆ ਵੇਖ ਲਓ ਇੱਥੇ ਲਾਇਆ ਜਾਂਦਾ ਲੰਗਰ। ਆਪਾਂ ਨਹੀਂ, ਚਲੋ ਬਈ ਮਿੱਤਰੋ ਆਪਾਂ ਆ ਗਏ ਲੰਗਰ 'ਚ ਅਤੇ ਆ ਵੇਖ ਲਓ ਲੰਗਰ ਆ ਲੱਗਾ ਜੇ, ਬੜਾ ਸੋਹਣਾ ਲੰਗਰ ਲਾਇਆ, ਪੂੜੀ ਛੋਲੇ ਅਤੇ ਨਾਲ ਲਾਉਂਦੀ ਜੇ ਹਲਵਾਈ ਲਾਗੇ ਆ। ਬਾਬਾ ਦੀਪ ਸਿੰਘ ਜੀ, ਦਾਨਿਸ਼ ਭਾ ਹੈਲੋ ਕਰ ਦੋ। ਇਹ ਕਹਿੰਦੇ ਆ ਕਿ ਆਪਣੀ ਵੀਡੀਓ ਬਣਾਓ, ਲੰਗਰ ਲੈ ਕੇ ਹੁੰਦੇ ਕੜੀ ਚੋਲ ਦੇ, ਤੇ ਆ ਵੀਰ ਆਪਣੇ ਕਹਿਣ ਡੇ ਕਿ ਮੇਰੀ ਵੀਡੀਓ ਬਣਾਓ। ਤੇ ਵੀਰ ਹੁਣਾਂ ਨੂੰ ਵੀਡੀਓ ਦਾ ਬੜਾ ਸ਼ੌਂਕ ਹੈ, ਆਪਣੇ ਵਲੌਗ 'ਚ ਆਉਣ ਦਾ ਬੜਾ ਸ਼ੌਂਕ ਹੈਗਾ ਵੀਰ ਹੁਣਾਂ ਨੂੰ। ਤੇ ਆ ਵੀਰ ਹੁਣੀ ਆ ਗਏ ਆ, ਫੜ ਲਏ ਵੀਰ ਹੁਣਾਂ ਨੇ ਉਹ। ਲੋ ਜੀ ਲੋ ਸਰ। ਤੇ ਚਲੋ ਮਿੱਤਰੋ ਆਪਾਂ ਹੁਣ ਚੱਲਦੇ ਹਾਂ ਅਤੇ ਸਤਵੰਤ ਮੈਡਮ ਘਰੇ ਆਪਾਂ ਕੜੀ ਚੋਲ ਫੜਾਉਣੇ ਆ। ਹਾਲੇ ਤਾਂ ਇੱਥੇ ਲੱਗਾ ਲੰਗਰ ਪਹਿਲਾਂ ਦਾ, ਤੇ ਆਪਣਾ ਹੁਣ ਬਾਅਦ 'ਚ ਲੱਗਣਾ, ਥੋੜ੍ਹੇ ਚਿਰ ਨੂੰ ਬਸ ਭੋਗ ਧਿਆਨ ਨਾਲ, ਗੱਡੀਆਂ ਨਾ ਖਰਾਬ ਹੋ ਜਾਣ। ਚਲੋ ਜੀ ਲਿਓ ਧਿਆਨ ਨਾਲ। ਚਲੋ ਤੁਹਾਨੂੰ ਆ ਵੀ ਮਿੱਤਰਾ ਆਪਾਂ ਲੈ ਆਏ ਆ, ਬੜਾ ਮੁਸ਼ਕਲ ਨਾਲ ਆ ਵੇਖੋ ਰਾਹੁਲ ਭਾਣ ਆਪਾਂ ਕੜੀ ਬਚਾਉਣ ਲਾਇਆ ਜੇ ਕਿ ਕੜੀ ਨਾ ਰੁੜ ਜੇ ਤੇ ਇੱਧਰ ਚੋਲ ਭਾਜੀ ਹੋਣੀ। ਤੇ ਆਪਾਂ ਧਿਆਨ ਨਾਲ ਗੱਡੀ ਚਲਾ ਰਹੇ ਹਾਂ ਕਿ ਕਿਤੇ ਖੱਡਾ ਖੁੱਡਾ ਨਾ ਆ ਜੇ। ਆਹ ਤੁਹਾਨੂੰ ਪਤਾ ਹੀ ਹੋਊਗਾ ਆਪਾਂ ਅੰਮ੍ਰਿਤਸਰ ਸ਼ਹਿਰ ਰਹਿੰਦੇ ਹਾਂ ਅਤੇ ਐਸ ਜੀ ਇਨਕਲੇਵ ਆਏ ਹਾਂ, ਜਿਹੜਾ ਗੰਗਾ ਰਾਲਿਆਂ ਦੀ ਆ ਕਲੋਨੀ। ਨਹੀਂ ਹੈਗਾ ਖੱਡਾ ਵੀਰ ਜੀ, ਆਪਾਂ ਨੂੰ ਇੰਨੀ ਹੈਗੀ ਆ, ਟਾਇਰ ਬਚਾਉਣਾ ਆਉਂਦਾ ਆਪਾਂ ਨੂੰ, ਟੈਨਸ਼ਨ ਕਿਉਂ ਲੈਂਦੇ ਜੀ। ਚਲੋ ਮਿੱਤਰੋ ਆਪਾਂ ਹੁਣ ਪਹੁੰਚ ਕੇ ਕਰਦੇ ਹਾਂ ਕਿਤੇ ਮੇਰੇ ਕੋਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੁਣ ਆਪਾਂ ਲੰਗਰ ਖਾਣ ਆ ਗਏ ਹਾਂ ਅਤੇ ਕੋਠੀ ਜੇ ਵੇਖ ਲਓ ਤੁਸੀਂ, ਐਸ ਜੀ ਇਨਕਲੇਵ ਚ ਅੰਮ੍ਰਿਤਸਰ ਚ। ਤੇ ਹੁਣ ਆਪਾਂ ਤੁਹਾਨੂੰ ਮਿਲਾਵਾਂਗੇ ਆਪਣੇ ਸਤਵੰਤ ਮੈਡਮ ਨਾਲ। ਆ ਜੀ ਤੁਹਾਡੇ ਸਤਵੰਤ ਮੈਡਮ, ਐਕਸ ਮੈਡਮ ਆ ਗੁਰਪ੍ਰੀਤ ਮੈਡਮ, ਮੈਨੂੰ ਪੁੱਛਿਆ